ਸਟੂਡੈਂਟਸ ਵੈਲਕਮ ਅਗੇਨ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ এডੂਕੇਸ਼ਨ ਥਰੂ ਲਾਈਫ ਜੀਵਨ ਰਾਹੀਂ ਸਿੱਖਿਆ ਜੀਵਨ ਰਾਹੀਂ ਸਿੱਖਿਆ ਤੋਂ ਭਾਵ ਹੈ ਜੀਵਨ అనుభవਾਂ ਰਾਹੀਂ ਪ੍ਰਾਪਤ ਕੀਤੀ ਜਾਣ ਵਾਲੀ ਸਿੱਖਿਆ ਮੀਨਸ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਜਿਹੜੇ-ਜਿਹੜੇ ਐਕਸਪੀਰੀਅੰਸ ਲੈਂਦੇ ਆ ਉਹਨੂੰ ਅਸੀਂ ਕਹਿੰਦੇ ਆ এডੂਕੇਸ਼ਨ ਥਰੂ ਲਾਈਫ ਜਿਵੇਂ ਤੁਸੀਂ ਅਕਸਰ ਹੀ ਲੋਕਾਂ ਤੋਂ ਕਹਿੰਦੇ ਸੁਣਿਆ ਹੋਗਾ ਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ ਤਾਂ ਉਹ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਹੀ ਹੁੰਦਾ ਉਸ ਪਰ ਉਹ ਪਰਸਨ ਹੈ ਜਿਹੜਾ ਇੱਥੇ ਜੀਵਨ ਦੇ ਨਾਲ ਜਿਹੜੇ ਸਬੰਧਿਤ ਅਨੁਭਵ ਨੇ ਉਹ ਸਿੱਖਿਆ ਦਾ ਮਾਧਿਅਮ ਬਣਦੇ ਨੇ ਕਿ ਜਿਹੜੇ ਵਿਅਕਤੀ ਹੈ ਉਹਦੇ ਅਕੋਰਡਿੰਗ ਫਿਰ ਜਿਹੜੀ ਸਿੱਖਿਆ ਉਹ ਲੈਂਦਾ ਜਿਵੇਂ ਕਿ ਅਸੀਂ ਕਈ ਵਾਰ ਕਹਿੰਦੇ ਆ ਕਿ ਜਿਹੜੀ ਅਕਲ ਹੈ ਉਹ ਬਾਦਾਮ ਖਾਣ ਨਾਲ ਨਹੀਂ ਆਉਂਦੀ ਠੋਕਰਾਂ ਖਾਣ ਨਾਲ ਆਉਂਦੀ ਹੈ ਠੋਕਰਾਂ ਖਾਣ ਦਾ ਮਤਲਬ ਕਿ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਉਹਦੇ ਵਿੱਚ ਸਾਨੂੰ ਜਿਹੜਾ ਸਾਡਾ ਚੰਗਾ ਮਾੜਾ ਐਕਸਪੀਰੀਅੰਸ ਹੁੰਦਾ ਸਾਡਾ ਅਨੁਭਵ ਰਹਿੰਦਾ ਉਹਦੇ ਅਕੋਰਡਿੰਗ ਅਸੀਂ ਸਿੱਖਦੇ ਆਂ ਸਿੱਖਣ ਦਾ ਜਿਹੜਾ ਕੰਮ ਹੈ ਉਹ ਜਦੋਂ ਬੱਚੇ ਦਾ ਬਰਥ ਹੁੰਦਾ ਉਦੋਂ ਤੋਂ ਹੀ ਸਟਾਰਟ ਹੋ ਜਾਂਦਾ ਹੈ ਤੇ ਇਹ ਇੱਕ ਲਾਈਫ ਲੌਂਗ ਪ੍ਰੋਸੈਸ ਹੈ ਮੀਨਸ ਜੀਵਨ ਭਰ ਚੱਲਦਾ ਰਹਿੰਦਾ ਹੈ ਇਹਦੇ ਲਈ ਕੋਈ ਜਿਹੜੀ ਥਾਂ ਹੈ ਉਹ ਵੀ ਨਿਸ਼ਚਿਤ ਨਹੀਂ ਕੀਤੀ ਜਾਂਦੀ ਕਿ ਬੱਚਾ ਸਿਰਫ ਇਕੱਲਾ ਸਕੂਲ ਦੇ ਵਿੱਚ ਹੀ ਐਜੂਕੇਸ਼ਨ ਲੈਂਦਾ ਹੈ ਨਹੀਂ ਬੱਚਾ ਸਕੂਲ ਹੈ ਘਰ ਦੇ ਵਿੱਚ ਹੈ ਸੋਸਾਇਟੀ ਦੇ ਵਿੱਚ ਹੈ ਕਿਤੇ ਬਾਹਰ ਘੁੰਮਣ ਦੇ ਲਈ ਗਿਆ ਹੈ ਕਿਤੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਗਿਆ ਜਾਂ ਕਿਸੇ ਫੰਕਸ਼ਨ ਨੂੰ ਅਟੈਂਡ ਕਰ ਰਿਹਾ ਹੈ ਜਾਂ ਵੈਸੇ ਹੀ ਰਸਤੇ ਦੇ ਵਿੱਚ ਕੋਈ ਉਹਨੂੰ ਮਿਲਦਾ ਹੈ ਤਾਂ ਇਹ ਸਾਰੇ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਇੱਕ ਵਿਅਕਤੀ ਦੇ ਜੀਵਨ ਦੇ ਦੌਰਾਨ ਕੌਸ਼ਲਾਂ ਤੇ ਗਿਆਨ ਦੀ ਨਿਰੰਤਰ ਉਸਾਰੀ ਇਸੇ ਦਾ ਨਾਮ ਹੈ ਮੀਨਸ ਇੱਕ ਜਿਹੜਾ ਵਿਅਕਤੀ ਦਾ ਪੂਰਾ ਜੀਵਨ ਹੈ ਉਹਦੇ ਦੌਰਾਨ ਜਿੰਨੀਆਂ ਵੀ ਉਹ ਸਕਿੱਲਸ ਤੇ ਜਿਹੜੀ ਵੀ ਨੌਲੇਜ ਕੰਟੀਨਿਊਸਲੀ ਇਕੱਠੀ ਕਰਦਾ ਉਹਨੂੰ ਸੀ ਕਹਿੰਦੇ ਆ ਐਜੂਕੇਸ਼ਨ ਥਰੂ ਲਾਈਫ ਜੀਵਨ ਸਫਰ ਦੌਰਾਨ ਮਿਲਣ ਵਾਲੇ ਅਨਗਿਣਤ ਅਨੁਭਵਾਂ ਨਾਲ ਹੀ ਇਹ ਸਿੱਖਿਆ ਉਤਪੰਨ ਹੁੰਦੀ ਹੈ ਇਹ ਅਨੁਭਵ ਰਸਮੀ ਅਤੇ ਗੈਰ ਰਸਮੀ ਦੋਹਾਂ ਕਿਸਮਾਂ ਦੀ ਹੋ ਸਕਦੇ ਨੇ ਮੀਨਸ ਇਹ ਸਕੂਲੀ এডੂਕੇਸ਼ਨ ਵੀ ਹੋ ਸਕਦੀ ਹੈ ਤੇ ਸਕੂਲ ਤੋਂ ਬਿਨਾ ਵੀ ਸਿੱਖੇ ਜਾ ਸਕਦੇ ਨੇ ਇਸ ਕਿਸਮ ਦੀ ਜਿਹੜੀ ਸਿੱਖਿਆ ਹੈ ਉਹ ਸਿੱਖਣ ਨੂੰ ਸ਼੍ਰੇਣੀ ਕਮਰੇ ਤੋਂ ਅਗਾਹ ਤੱਕ ਜਿਹੜੇ ਹੋਰ ਕੰਟੈਕਸਟ ਨੇ ਉਹ ਉਹਨਾਂ ਤੱਕ ਵੀ ਇਹ ਵਧਾਉਂਦੀ ਹੈ ਮੀਨਸ ਇਹ ਕਲਾਸਰੂਮ ਦੇ ਕਮਰੇ ਤੋਂ ਬਿਨਾ ਜਿਹੜੇ ਸਾਡੇ ਲਾਈਫ ਦੇ ਹੋਰ ਐਸਪੈਕਟਸ ਨੇ ਜਿੱਥੋਂ-ਜਿੱਥੋਂ ਅਸੀਂ ਨਵੇਂ ਐਕਸਪੀਰੀਅੰਸ ਗੇਨ ਕਰਦੇ ਹਾਂ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ ਪ੍ਰਮਾਣਿਕ ਪ੍ਰਸੰਗਾਂ ਵਿੱਚ ਬਹੁਤ ਮਹੱਤਵ ਦਿੰਦੀ ਹੈ ਪ੍ਰਮਾਣਿਕ ਮੀਨ ਜਿਹੜੇ ਵੈਲਿਡ ਹੁੰਦੇ ਨੇ ਵੈਲਿਡ ਜਿਹੜੇ ਕੰਟੈਕਸਟ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਇਹਦੇ ਰਾਹੀਂ ਜਿਹੜਾ ਵਿਦਿਆਰਥੀ ਹੈ ਆਪਣੇ ਸਿੱਖਣ ਦੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਪੂਰਾ ਕਰਨ ਦੇ ਯੋਗ ਹੋ ਜਾਂਦੇ ਨੇ ਜਿਸ ਨੂੰ ਸਿਰਫ ਸਿਆਣੀ ਕਮਰੇ ਦੇ ਸਿੱਖਣ ਨਾਲ ਪੂਰਾ ਕਰਨਾ ਮੁਸ਼ਕਿਲ ਹੁੰਦਾ ਹੈ ਮੀਨਸ ਹੁਣ ਜਿਹੜੇ ਸਾਰੇ ਐਕਸਪੀਰੀਅੰਸ ਨੇ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਉਹ ਹੀ ਇਕੱਲਾ ਜਿਹੜਾ ਕਲਾਸਰੂਮ ਹੈ ਉਹ ਨਹੀਂ ਦੇ ਸਕਦਾ ਅਨੁਭਵੀ ਸਿੱਖਣ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੁਆਰਾ ਗ੍ਰਹਿਣ ਕੀਤੇ ਗਏ ਗਿਆਨ ਕੌਸ਼ਲਾਂ ਤੇ ਜਿਹੜੇ ਸਕਾਰਾਤਮਕ ਮੁੱਲ ਹੁੰਦੇ ਨੇ ਮੀਨਸ ਪੋਜ਼ਿਟਿਵ ਵੈਲਿਊਜ਼ ਤੇ ਬਿਹੇਵੀਅਰ ਦੇ ਕੀ ਇੰਪੋਰਟੈਂਸ ਹੈ ਤੇ ਇਹ ਉਹਨਾਂ ਦੇ ਜਾਂ ਜੀਵਨ ਪਰ ਸਿੱਖਦੇ ਰਹਿਣ ਵਾਲੀਆਂ ਜਿਹੜੀ ਯੋਗਤਾਵਾਂ ਨੇ ਉਹਨਾਂ ਦੇ ਵਿਕਾਸ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਸਮੁੱਚਾ ਵਿਅਕਤੀਤਵ ਹੈ ਮੀਨਸ ਉਹਨਾਂ ਦੀ ਜਿਹੜੀ 올ਓਵਰ ਪਰਸਨੈਲਿਟੀ ਹੈ ਉਹਨੂੰ ਡਿਵੈਲਪ ਕਰਨ ਦੇ ਵਿੱਚ ਵੀ ਜਿਹੜੀ ਐਜੂਕੇਸ਼ਨ ਥਰੂ ਲਾਈਫ ਉਹ ਆਪਣਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇਸ ਸਮੁੱਚੇ ਜੀਵਨ ਆਧਾਰਿਤ ਸਿੱਖਣ ਨੂੰ ਇਸ ਨੂੰ ਕੀ ਕਹਿੰਦੇ ਵੀ ਸਮੁੱਚਾ ਜੀਵਨ ਆਧਾਰਿਤ ਲਾਈਫ ਲੌਂਗ ਲਰਨਿੰਗ ਵੀ ਇਹਨੂੰ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਜਿਹੜੀ ਜ਼ਿੰਦਗੀ ਹੈ ਸਾਡਾ ਜੀਵਨ ਹੈ ਉਹ ਸਾਡਾ ਸਭ ਤੋਂ ਵੱਡਾ ਅਧਿਆਪਕ ਹੈ ਕਿਉਂਕਿ ਟੀਚਰ ਨੇ ਸਾਨੂੰ ਕੀ ਸਿਖਾਉਣਾ ਹੈ ਜੋ ਅਸੀਂ ਕਰੀਕੂਲਮ ਸਿਲੇਬਸ ਹੈ ਕੋ- ਕਰੀਕੂਲਰ ਐਕਟੀਵਿਟੀਜ਼ ਕਰਦੇ ਆ ਅਸੀਂ ਉਹਨਾਂ ਦੇ ਵਿੱਚ ਅਧਿਆਪਕ ਦੁਆਰਾ ਸਿੱਖਦੇ ਆ ਬਟ ਜਿਹੜੀ ਜ਼ਿੰਦਗੀ ਹੈ ਉਹ ਸਭ ਤੋਂ ਵੱਡਾ ਅਧਿਆਪਕ ਹੈ ਸਾਡਾ ਸਾਨੂੰ ਹਰ ਰੋਜ਼ ਹਰ ਮੋੜ ਤੇ 24 ਘੰਟੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਪੂਰੇ ਲਾਈਫ ਲੌਂਗ ਹੁਣ ਸਕੂਲ ਦੇ ਵਿੱਚ ਅਸੀਂ ਕਾਲਜ ਦੇ ਵਿੱਚ ਕਿੰਨਾ ਟਾਈਮ ਪੜ੍ਹਦੇ ਆ ਟਾਈਮ ਫਿਕਸ ਹੈ ਸਾਡਾ ਪੜ੍ਹਨ ਦਾ ਬਟ ਜ਼ਿੰਦਗੀ ਸਾਨੂੰ ਪੂਰਾ ਟਾਈਮ ਸਿਖਾਉਂਦੀ ਹੈ ਇਹ ਸਾਨੂੰ ਕੀਮਤੀ ਅਨੁਭਵਾਂ ਰਾਹੀਂ ਸਿਖਾਉਂਦਾ ਹੈ ਮੀਨਸ ਜਿਹੜੇ ਵੈਲਿਊਏਬਲ ਐਕਸਪੀਰੀਅੰਸ ਹੁੰਦੇ ਨੇ ਅਸੀਂ ਉਹਨਾਂ ਦੇ ਦੁਆਰਾ ਸਿੱਖਦੇ ਹਾਂ ਜਿਹੜੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਡੇਲੀ ਮਿਲਦੇ ਆ ਇਹ ਇੱਕ ਨਿਰੰਤਰ ਅਤੇ ਜੀਵਨ ਵਿਆਪੀ ਪ੍ਰਕਿਰਿਆ ਹੈ ਮੀਨਸ ਇਹ ਕੰਟੀਨਿਊਸਲੀ ਚੱਲਦੀ ਹੈ ਤੇ ਲਾਈਫ ਲੌਂਗ ਪ੍ਰੋਸੈਸ ਹੈ ਜਿਹੜੀ ਕਿ ਲੋੜੀਂਦੇ ਜੀਵਨ ਕੌਸ਼ਲਾਂ ਯੋਗਤਾਵਾਂ ਵਿਵਹਾਰਾਂ ਤੇ ਸਕਾਰਾਤਮਕ ਮੁੱਲਾਂ ਦੇ ਵਿਕਾਸ ਦੇ ਵਿੱਚ ਜਿਹੜੀ ਸਹੈਤਾ ਉਹ ਕਰਦੀ ਏ। ਇਹਦੇ ਬਾਰੇ ਮਹਾਤਮਾ ਗਾਂਧੀ ਜੀ ਨੇ ਵੀ ਆਪਣੇ ਕੁਝ ਜਿਹੜੇ ਵਿਚਾਰ ਨੇ ਉਹ ਦਿੱਤੇ ਸੀ ਕਿ ਜਿਹੜੀ ਐਜੂਕੇਸ਼ਨ ਹੈ ਉਹ ਲਾਈਫ ਸੈਂਟਰਡ ਹੋਣੀ ਚਾਹੀਦੀ ਹੈ। ਜੀਵਨ ਕੇਂਦ੍ਰਿਤ ਹੋਣੀ ਚਾਹੀਦੀ ਹੈ। ਜਿਹੜੀ ਸਿੱਖਿਆ ਉਹ ਜੀਵਨ ਲਈ ਦਿੱਤੀ ਜਾਣੀ ਚਾਹੀਦੀ ਹੈ ਤੇ ਜੀਵਨ ਰਾਹੀਂ ਦਿੱਤੀ ਜਾਣੀ ਚਾਹੀਦੀ ਹੈ। ਜੀਵਨ ਲਈ, ਮਿੰਦ ਜ਼ਿੰਦਗੀ ਦੇ ਲਈ ਤੇ ਜੀਵਨ ਰਾਹੀਂ ਜ਼ਿੰਦਗੀ ਦੇ ਰਾਹੀਂ ਕਿਉਂਕਿ ਜਿਹੜੇ ਐਕਸਪੀਰੀਅੰਸ ਬੰਦਾ ਖੁਦ ਲੈਂਦਾ ਏ ਉਹਦੇ ਨਾਲ ਉਹ ਜ਼ਿਆਦਾ ਸਿੱਖਦਾ ਹੈ। ਉਹਨਾਂ ਨੇ ਇਸ ਵਿਚਾਰ ਦੇ ਉੱਪਰ ਵੀ ਕਾਫੀ ਜ਼ੋਰ ਦਿੱਤਾ ਸੀ ਕਿ ਜਿਹੜੀ ਸਿੱਖਿਆ ਹੋ ਜੀਵਨ ਲਈ ਜੀਵਨ ਰਾਹੀਂ ਜੀਵਨ ਭਰ ਨਿਰੰਤਰ ਚੱਲਣ ਵਾਲੀ ਹੋਵੇ। এডਿਕੇਸ਼ਨ ਫਾਰ ਲਾਈਫ, এডਿਕੇਸ਼ਨ ਥਰੂ ਲਾਈਫ, এডਿਕੇਸ਼ਨ ਥਰੋਅੱਟ ਲਾਈਫ ਮੀਨਜ਼ ਜਿਹੜੀ এডਿਕੇਸ਼ਨ ਹੈ ਉਹ ਜੀਵਨ ਦੇ ਲਈ ਹੋਣੀ ਚਾਹੀਦੀ ਹੈ, ਜੀਵਨ ਰਾਹੀਂ ਹੋਣੀ ਚਾਹੀਦੀ ਹੈ ਤੇ ਇਹ ਲਾਈਫ ਲੌਂਗ ਚੱਲਣ ਵਾਲੀ ਹੋਣੀ ਚਾਹੀਦੀ ਹੈ। ਹੁਣ ਜਿਹੜੀ ਦ੍ਰਿਸ਼ਟੀ ਦੇ ਹੱਥ ਸਿੱਖਿਆ ਹੁੰਦੀ ਹੈ ਮੀਨਜ਼ ਜਿਹੜੀ ਸਾਨੂੰ ਕੁਝ ਨਹੀਂ ਸਿਖਾਉਂਦੀ ਉਹ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ ਤੇ ਜਿਹੜੀ ਮੁੱਲਹਿਿੰ ਸਿੱਖਿਆ ਮੀਨਸ ਜਿਨ੍ਹਾਂ ਦੇ ਵਿੱਚ ਵੈਲਿਊਜ਼ ਨਹੀਂ ਹੁੰਦੀਆਂ ਉਹ ਵੀ ਸਾਡੇ ਲਈ ਹਾਰਮਫੁਲ ਹੁੰਦੀ ਹੈ ਨੁਕਸਾਨਦੇਖ ਹੁੰਦੀ ਹੈ ਖੋਜ ਤੋਂ ਸੱਖਣੀ ਸਿੱਖਿਆ ਦ੍ਰਿਸ਼ਟੀਹੀਨ ਹੁੰਦੀ ਹੈ ਮੀਨ ਜਿਹਦੇ ਵਿੱਚ ਬੰਦਾ ਖੁਦ ਕੋਈ ਕੰਮ ਕਰਕੇ ਨਹੀਂ ਦੇਖ ਰਿਹਾ ਕੋਈ ਖੋਜ ਨਹੀਂ ਕਰ ਰਿਹਾ ਉਸ ਤਰ੍ਹਾਂ ਦੀ ਜਿਹੜੀ ਅਸੀਂ ਐਜੂਕੇਸ਼ਨ ਲੈਨੇ ਆ ਉਹ ਦ੍ਰਿਸ਼ਟੀਹੀਨ ਹੁੰਦੀ ਹੈ ਅੰਨੀ ਹੁੰਦੀ ਹੈ ਮੀਨ ਸਾਨੂੰ ਕੁਝ ਵੀ ਨਹੀਂ ਸਿਖਾਉਂਦੀ ਤੇ ਨਾ ਹੀ ਸਾਨੂੰ ਸਿੱਖਣ ਦੇ ਯੋਗ ਬਣਾਉਂਦੀ ਹੈ ਮਨੁੱਖੀ ਛੂਹ ਤੋਂ ਵਾਂਦੀ ਸਿੱਖਿਆ ਅਪਹਾਜ ਹੁੰਦੀ ਹੈ ਹੁਣ ਜਿਹੜੀ ਚੀਜ਼ ਨੂੰ ਅਸੀਂ ਟੱਚ ਕਰਕੇ ਦੇਖਿਆ ਖੁਦ ਕਰਕੇ ਦੇਖਿਆ ਉਹ ਚੀਜ਼ ਅਸੀਂ ਪੂਰੀ ਲਾਈਫ ਦੇ ਲਈ ਸਿੱਖ ਲਈ ਉਹ ਸਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਡੇ ਨਾਲ ਰਹੇਗਾ ਪੂਰੀ ਜ਼ਿੰਦਗੀ ਹੁਣ ਜੇਕਰ ਅਸੀਂ ਕਿਸੇ ਦੀ ਕਿਤਾਬ ਦੇ ਵਿੱਚ ਪੜਿਆ ਹੋਇਆ ਕਿਸੇ ਦੂਰਾਂ ਦੱਸੀ ਹੋਈ ਗੱਲ ਨੂੰ ਕਿ ਇਹ ਜਿਹੜੀ ਘਟਨਾ ਇਸ ਤਰੀਕੇ ਨਾਲ ਵਾਪਰੀ ਹੈ ਉਹ ਸਾਨੂੰ ਕੋਈ ਜਿਹੜੀ ਐਜੂਕੇਸ਼ਨ ਆ ਉਹ ਨਹੀਂ ਦੇਗੀ ਇਸ ਲਈ ਜਿਹੜੀ ਚੰਗੀ ਸਿੱਖਿਆ ਉਹ ਕਿਹੜੀ ਹੈ ਜਿਹੜੀ ਵਿਦਿਆਰਥੀ ਦੇ ਜੀਵਨ ਦੇ ਨਾਲ ਜੁੜੀ ਹੋਵੇ ਵਿਦਿਆਰਥੀ ਦੇ ਜੀਵਨ ਵਿੱਚ ਤਨ ਮਨ ਤੇ ਆਤਮਾ ਸਾਰੇ ਪੱਖਾਂ ਦਾ ਵਿਕਾਸ ਕਰਨਾ ਚੰਗੀ ਸਿੱਖਿਆ ਦਾ ਮਨੋਰਥ ਹੁੰਦਾ ਹੈ ਮੀਨਸ ਬੱਚੇ ਜਿਹੜੀ 올 ਰੌਂਡ ਡਵੈਲਪਮੈਂਟ ਆ ਉਹ ਕਰਨੀ ਜ਼ਰੂਰੀ ਹੈ ਇਹ ਸਿੱਖਿਆ ਜੀਵਨ ਅਨੁਭਵਾਂ ਰਾਹੀਂ ਸਿਖਾਈ ਜਾਣੀ ਚਾਹੀਦੀ ਹੈ ਮੀਨਜ਼ ਇਹ ਜਿਹੜੀ এডੂਕੇਸ਼ਨ ਹੈ ਬੱਚੇ ਨੂੰ ਕਿਵੇਂ ਦੇਣੀ ਹੈ ਜਿਹੜੇ ਲਾਈਫ ਦੇ ਐਕਸਪੀਰੀਐਂਸਸ ਨੇ ਉਹਨਾਂ ਦੇ ਦੁਆਰਾ ਅਤੇ ਉਸ ਦੇ ਸਮੁੱਚੇ ਜੀਵਨ ਦੌਰਾਨ ਨਿਰੰਤਰ ਮੀਨਜ਼ ਕੰਟੀਨਿਊਸਲੀ ਇਸ ਤਰ੍ਹਾਂ ਜਿਹੜੀ এডੂਕੇਸ਼ਨ ਉਹ ਦਿੱਤੀ ਜਾਣੀ ਚਾਹੀਦੀ ਹੈ ਨੈਕਸਟ ਹੈ ਐਡਮ ਦਾ ਵਿਊ ਐਡਮ ਨੇ ਵੀ ਕੀ ਕਿਹਾ ਸੀ ਕਿ ਇਹ ਜਿਹੜੀ এডੂਕੇਸ਼ਨ ਹੈ ਉਹ ਦੋ ਤਰ੍ਹਾਂ ਦੀ ਹੈ ਪਹਿਲੇ ਇਹ ਸਿਖਾਉਂਦੀ ਹੈ ਕਿ ਰੋਜ਼ਗਾਰ ਕਿਵੇਂ ਪ੍ਰਾਪਤ ਕਰਨਾ ਹੈ ਤੇ ਦੂਸਰੀ ਇਹ ਦੱਸਦੀ ਹੈ ਕਿ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰੀਕੇ ਨਾਲ ਬਤੀਤ ਕਰਨੀ ਹੈ There are two educations one should teach us how to make a living and the other how to live dear students me ummeed kardi ha ke topic tade layi helpful hovega tusi inna topics nu as a short note hi karna hai thank you